ਬਬਲੀ ਕਰ ਲਈ ਤਿਆਰੀ ਫਿਰ ਬਸ ਆ ਵੇਖੋ ਹੁਣ ਲੱਗੀ ਆ ਗਏ ਤੁਸੀਂ ਹਾਂ ਜਲਦੀ ਜਲਦੀ ਕਰ ਤੇ ਦੀਦੀ ਵੀ ਆ ਰਹੇ ਆ ਦੀਦੀ ਨੂੰ ਵੀ ਕਿਹਾ ਮੈਂ ਕਿਹਾ ਚਲੋ ਮੈਂ ਸਾਡੇ ਨਾਲ ਦਰਬਾਰ ਸਾਹਿਬ ਚੱਲਿਓ ਦੀਦੀ ਕਿੱਥੇ ਆ ਰਹੇ ਆ ਉਹਨਾਂ ਨੂੰ ਕਿੰਨੇ ਕਿਹਾ ਮੈਂ ਕਿਹਾ ਉਹਨਾਂ ਨੂੰ ਆਪਾਂ ਚੱਲੇ ਸੀਗੇ ਉਹ ਕਹਿੰਦੇ ਮੇਰਾ ਵੀ ਮਨ ਕਰਦਾ ਦਰਸ਼ਨ ਕਰਨ ਦਾ ਹੋਰ ਤੁਸੀਂ ਵਿੱਚ ਘਸੋੜੇ ਜਾਓ ਬੰਦਾ ਸੈਪਰੇਟ ਵੀ ਜਾਂਦਾ ਕਿ ਨਹੀਂ ਜਾਂਦਾ ਯਾਰ ਹੁਣ ਵੱਡੀ ਭੈਣ ਆ ਹੁਣ ਜੇ ਉਹਨੇ ਕਹਿਤਾ ਮੈਨੂੰ ਨਾਲ ਲੈ ਜਾਓ ਤਾਂ ਇਹਦੇ ਚ ਕਿਹੜੀ ਗੱਲ ਆ ਜੇ ਨਾਲ ਚਲੇ ਜਾਣਗੇ ਤੇ ਤਾਂ ਉਹਨਾਂ ਹੀ ਲੱਗਣਾ ਮੈਂ ਨਹੀਂ ਜਾਣਾ ਤੁਸੀਂ ਚੱਲ ਜਾਓ ਦੀਦੀ ਨਾਲ ਆਪੇ ਫੋਨ ਤੇ ਸਾਈਆਂ ਵਧਾਈ ਆਪੇ ਲਾ ਕੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਤੇ ਦੀਦੀ ਨੂੰ ਕਹਿ ਦੋ ਮੈਂ ਜਾਣਾ ਨਹੀਂ ਹੈਗਾ ਹੁਣ ਆਪੇ ਵੇਖ ਲਓ ਆਪਣੇ ਆਪ ਸਾਈਆਂ ਵਧਾਈਆਂ ਲਾਉਂਦੇ ਰਹਿੰਦੇ ਆ ਜਿੰਨੂੰ ਕਿੰਨੂੰ ਮਰਜ਼ੀ ਤੂੰ ਵੀ ਆ ਜਾ ਤੂੰ ਵੀ ਆ ਜਾ ਗੱਡੀ ਨਾ ਹੋ ਗਿਆ ਗੱਡਾ ਹੋ ਗਿਆ ਸਵਾਰੀਆਂ ਢੋਣ ਲੱਗ ਜਾਂਦੇ ਆ ਕਹਿ ਦੋ ਫੋਨ ਕਰਕੇ ਮੈਂ ਨਹੀਂ ਜਾਣਾ ਕਰ ਦੋ ਫੋਨ ਯਾਰ ਕੀ ਕਰਾਂ ਹੁਣ ਮੈਂ ਆਪ ਉਹਨਾਂ ਨੂੰ ਕਿਹਾ ਸੀਗਾ ਚੱਲਦੇ ਆ ਇਹਨੇ ਘਰੇ ਕਲੇਸ਼ ਪਾ ਲਿਆ ਦੀਦੀ ਨੂੰ ਮਨਾ ਹੀ ਕਰ ਦਿੰਦਾ ਫਿਰ ਹੈਲੋ ਹਾਂ ਰਾਣੂ ਕੀ ਹਾਲ ਉਹ ਅੱਜ ਨਾ ਦਰਬਾਰ ਸਾਹਿਬ ਦਾ ਪ੍ਰੋਗਰਾਮ ਬਣਿਆ ਨਹੀਂ ਗਿਆ ਹਾਂ ਜੰਨਤ ਥੋੜ੍ਹੀ ਜਿਹੀ ਢਿੱਲੀ ਸੀਗੀ ਫਿਰ ਉਹ ਕੈਂਸਲ ਕਰਤਾ ਫਿਰ ਜਦੋਂ ਅਗਲੀ ਵਾਰੀ ਜਾਵਾਂਗੇ ਨਾ ਤੈਨੂੰ ਦੱਸ ਕੇ ਜਾਵਾਂਗੇ ਫਿਰ ਤੈਨੂੰ ਨਾਲ ਲੈ ਕੇ ਜਾਵਾਂਗੇ ਹਾਂ ਹਾਂ ਠੀਕ ਆ ਓਕੇ ਕੀ ਯਾਰ ਅੱਜ ਵੱਡੀ ਭੈਣ ਨੂੰ ਵੀ ਕਦੀ ਅੱਜ ਤੱਕ ਮੈਂ ਜ਼ਿੰਦਗੀ 'ਚ ਝੂਠ ਨਹੀਂ ਬੋਲਿਆ ਇਹਦੇ ਕਲੇਸ਼ ਕਰਕੇ ਅੱਜ ਉਹਨੂੰ ਵੀ ਝੂਠ ਬੋਲਣਾ ਪਿਆ ਚਲੋ ਘਰ 'ਚ ਸ਼ਾਂਤੀ ਤਾਂ ਚਾਹੀਦੀ ਹੁਣ ਕੀ ਕਰੀਏ ਬਬਲੀ ਦੀ ਭੈਣ ਦਾ ਫੋਨ ਹੈਲੋ ਹੈਲੋ ਹਾਂ ਰਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਈ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਹਾਂ ਹਾਂ ਵਧੀਆ ਤੁਸੀਂ ਸੁਣਾ ਉਹ ਬਬਲੀ ਦਾ ਫੋਨ ਹੀ ਨਹੀਂ ਲੱਗਦਾ ਪਿਆ ਉਹ ਕੱਲ੍ਹ ਉਹਦੇ ਨਾਲ ਗੱਲ ਹੋਈ ਸੀ ਕਹਿੰਦੀ ਵੀ ਅਸੀਂ ਦਰਬਾਰ ਸਾਹਿਬ ਜਾਣਾ ਅਤੇ ਮੈਂ ਕਿਹਾ ਸੀ ਚੱਲ ਮੈਂ ਵੀ ਸਲਾਹ ਬਣਾ ਲਾਂਗੀ ਮੰਮੀ ਕੋਲ ਜਾਣ ਦੀ ਮੈਨੂੰ ਰਸਤੇ 'ਚ ਛੱਡ ਦਿਓ ਮੰਮੀ ਕੋਲ ਬਾਬੇ ਬਕਾਲੇ ਮਿਲ ਆਵਾਂਗੀ ਮੰਮੀ ਨੂੰ ਲੈ ਜਾਊਂਗਾ ਤੂੰ ਪਰ ਆ ਅੱਧੇ ਘੰਟੇ 'ਚ ਜਾਈ ਅਸੀਂ ਨਿਕਲਣਾ ਆ ਅੱਛਾ ਠੀਕ ਹੈ ਮੈਂ ਹੁਣੇ ਤਿਆਰ ਹੋ ਜਾਂਦੀ ਬਸ ਮੈਂ ਆ ਜਾਂਦੀ ਹਾਂ ਫਿਰ ਹਾਂ ਬਸ ਆ ਜਾ ਅੱਧੇ ਘੰਟੇ ਤੱਕ ਆ ਜਾ ਠੀਕ ਹੈ ਓਕੇ ਜੀ ਆਈ ਓਕੇ ਅਬ ਉਹਦੀ ਗੱਲ ਸੁਣੀ ਮੇਰੀ ਹੁਣ ਕੀ ਆ ਹਾਂਜੀ ਦੱਸੋ ਬਹਿ ਤਾਂ ਜਾ ਬਹਿ ਜਾਂਦੀ ਆ ਵਿਹਲੇ ਹੋ ਗਏ ਕੰਮ ਕਰ ਦੱਸੋ ਮੈਨੂੰ ਰੱਜੀ ਦਾ ਫੋਨ ਆਇਆ ਸੀ ਰੱਜੀ ਦਾ ਫੋਨ ਆਇਆ ਕੀ ਕਹਿੰਦੀ ਹਾਂ ਤੇਰੀ ਛੋਟੀ ਭੈਣ ਦਾ ਫੋਨ ਆਇਆ ਸੀ ਤੇਰੀ ਕੋਈ ਗੱਲ ਹੋਈ ਹੋਣੀ ਉਹਦੇ ਨਾਲ ਦਰਬਾਰ ਸਾਹਿਬ ਜਾਣ ਵਾਸਤੇ ਆਹੋ ਕੱਲ ਮੈਂ ਕਹਿੰਦੀ ਵੀ ਜੀ ਦਰਬਾਰ ਸਾਹਿਬ ਜਾਣਾ ਵਾ ਵੀ ਜੀ ਜਾਈ ਤੇਰੇ ਕਹਿੰਦੇ ਸੀਗੇ ਸ਼ਾਇਦ ਜਾਈਏ ਉਹ ਆ ਰਹੀ ਆ ਕਹਿੰਦੀ ਮੈਨੂੰ ਮੰਮੀ ਵੱਲ ਛੱਡ ਦੇ ਮੈਂ ਮੰਮੀ ਨੂੰ ਮਿਲ ਹੀ ਲੂੰਗੀ ਬਾਬੇ ਬਕਾਲੇ ਲੈ ਜਿਓ ਨਾਲ ਅੱਛਾ ਚਲ ਉਹਨੇ ਰਸਤੇ 'ਚ ਉਤਰਨਾ ਨਾਲ ਮੈਂ ਵੀ ਮੰਮੀ ਨੂੰ ਮਿਲ ਲੂੰਗੀ ਨਾਲੇ ਰਸਤੇ 'ਚ ਮਜ਼ਾ ਵੀ ਆਊਗਾ ਚਾਰ ਜਣੇ ਗੱਲਾਂ ਵੀ ਕਰ ਲਾਂਗੇ ਆਪਾਂ ਵਧੀਆ ਲੱਗਦਾ ਬੋਲੀ ਗੱਲਾਂ ਤਾਂ ਮੇਰੀ ਭੈਣ ਨਾਲ ਵੀ ਹੋ ਜਾਣੀਆਂ ਸੀ ਜਿਹਦੇ ਨਾਲ ਜਾਣ ਤੇ ਤੂੰ ਇੰਨਾ ਕਲੇਸ਼ ਖੜਾ ਕਰ ਲਿਆ ਗੱਡੀ ਤੇ ਜਾਣਾ ਕਿ ਗੱਡੇ ਤੇ ਜਾਣਾ ਪਤਾ ਨਹੀਂ ਮੈਨੂੰ ਕੀ ਕੁਛ ਸੁਣਾ ਲਿਆ ਆਪਾਂ ਚੱਲੇ ਕਿੱਥੇ ਸੀ ਤੇ ਤੂੰ ਘਰ 'ਚ ਪਾਲਿਆ ਕਲੇਸ਼ ਹੁਣ ਤੇਰੀ ਛੋਟੀ ਭੈਣ ਆ ਮੇਰੀ ਉਹ ਵੱਡੀ ਭੈਣ ਸੀ ਮੇਰੀ ਮਾਵਾਂ ਬਰਾਬਰ ਤੂੰ ਕੀ ਕੁਛ ਕਿਹਾ ਔਰ ਮੈਂ ਉਹਨੂੰ ਆਪ ਫੋਨ ਕਰਕੇ ਕਿਹਾ ਸੀਗਾ ਵੀ ਦੀਦੀ ਅਸੀਂ ਦਰਬਾਰ ਸਾਹਿਬ ਚੱਲੇ ਹਾਂ ਆ ਜਾਓ ਤੁਹਾਨੂੰ ਵੀ ਨਾਲ ਲੈ ਕੇ ਚੱਲੀਏ ਤੂੰ ਮੇਰੀ ਫੀਲਿੰਗਸ ਦੀ ਕਦਰ ਨਹੀਂ ਕੀਤੀ ਆ ਕੇ ਘਰੇ ਕਲੇਸ਼ ਪਾਲਿਆ ਹੁਣ ਮੇਰੀ ਗੱਲ ਸੁਣ ਰੱਜੀ ਵੀ ਅੱਧੇ ਘੰਟੇ ਜਾਂਦੀ ਪਈ ਆ ਦੀਦੀ ਨੂੰ ਫੋਨ ਕਰ ਮੈਂ ਗੱਡੀ ਧੋ ਕੇ ਲਿਆ 10-15 ਮਿੰਟ ਮੈਨੂੰ ਲੱਗ ਜਾਣੇ ਆ ਦੀਦੀ ਨੂੰ ਫੋਨ ਕਰ ਅਤੇ ਉਹਨਾਂ ਨੂੰ ਵੀ ਕਿਹਾ ਤਿਆਰ ਹੋ ਕੇ ਫਟਾਫਟ ਆਓ ਆਪਾਂ ਸਾਰੇ ਇਕੱਠੇ ਚੱਲਾਂਗੇ ਫੋਨ ਦੇ ਦਿਓ ਮੇਰੇ ਵਾਲੇ ਦੀ ਬੈਟਰੀ ਲਓ ਚਲਾ ਕਰਕੇ ਰੱਖੀ ਫਿਰ ਆਉਂਦਾ ਮੈਂ ਹੁਣੇ ਥੋੜ੍ਹੀ ਦੇਰ 'ਚ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਹਾਂਜੀ ਉਹ ਇਹਨਾਂ ਨੇ ਮਨਾ ਕਰਤਾ ਸੀ ਨਾ ਤੁਹਾਨੂੰ ਵੀ ਜੰਨਤ ਦੀ ਤਬੀਅਤ ਖਰਾਬ ਹੈ ਅਤੇ ਚੱਲਦੇ ਹਾਂ ਆਪਾਂ ਮੈਂ ਉਹਨੂੰ ਦਵਾਈ ਦਿੱਤੀ ਆ ਥੋੜ੍ਹੀ ਜਿਹੀ ਬਿਮਾਰ ਸੀਗੀ ਜ਼ਿਆਦਾ ਨਹੀਂ ਸੀ ਕੋਈ ਗੱਲ ਨਹੀਂ ਉਹ ਠੀਕ ਆ ਹੁਣ ਤੁਸੀਂ ਤਿਆਰ ਹੋ ਕੇ ਆ ਜਾਓ ਅੱਧੇ ਘੰਟੇ ਤੱਕ ਆਪਾਂ ਚੱਲਦੇ ਹਾਂ ਠੀਕ ਹੈ ਹਾਂ ਹਾਂ ਇਕੱਠੇ ਚੱਲਾਂਗੇ ਇੰਜੋਏ ਕਰਾਂਗੇ ਆ ਜਾਓ ਠੀਕ ਹੈ ਓਕੇ